ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਅ ਵੈਰੀ ਗੁੱਡ ਈਵਨਿੰਗ ਟੂ ਐਵਰੀਬਡੀ। ਮਾਫ਼ੀ ਚਾਹੁੰਦਾ 6 ਮਿੰਟ ਲੇਟ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ। ਟਾਈਮ ਦਿੱਤਾ ਗਾ ਸੀ 7 ਵਜੇ ਦਾ, ਬਟ 7:06 ਹੋ ਗਿਆ ਹੈ ਹੁਣ ਤੁਹਾਡੇ ਸਾਰਿਆਂ ਦੇ ਜਿਹੜਾ ਰੂਬਰੂ ਹੋਣ ਦਾ ਜਿਹੜਾ ਸੰਯੋਗ ਮੈਂ ਕਹਿੰਦਾ ਉਹ ਬਣਿਆ, ਕਿਉਂਕਿ ਨੈੱਟ ਦੀ ਥੋੜ੍ਹੀ ਜਿਹੀ ਪ੍ਰੋਬਲਮ ਸੀ ਜਿਸ ਕਰਕੇ ਜਿਹੜਾ ਵਾ ਟੈਕਨੀਕਲ ਇਸ਼ੂ ਕਰਕੇ ਥੋੜ੍ਹਾ ਜਿਹਾ ਲੇਟ ਲਾਈਵ ਸ਼ੁਰੂ ਹੋਇਆ। ਓਕੇ, ਅੱਜ ਅਸੀਂ ਗੱਲ ਕਰਨੀ ਹੈ, ਕੱਲ੍ਹ ਜਦੋਂ ਸੋਰੀ ਸੈਟਰਡੇ ਨੂੰ ਜਦੋਂ ਲਾਈਵ ਹੋਇਆ ਸੀ ਤੇ ਉਦੋਂ ਇਹ ਦੱਸਿਆ ਗਿਆ ਸੀ ਕਿ ਕੀ ਨਵੀਆਂ ਅਮੈਂਡਮੈਂਟਸ ਆ ਰਹੀਆਂ। ਨਾਲ ਦੇ ਨਾਲ ਮੈਂ ਦੱਸਿਆ ਸੀ ਕਿ ਵੀ ਜਿਹੜੇ ਸਾਡੇ ਇਸ ਵੇਲੇ ਰਿਜ਼ਲਟਸ ਆਏ ਨੇ ਪਿਛਲੇ 15 ਦਿਨਾਂ ਦੇ ਵਿੱਚ, 15 ਵਰਕਿੰਗ ਡੇਜ਼ ਦੇ ਵਿੱਚ ਤਕਰੀਬਨ 84 ਵੀਜ਼ੇ ਲਿੱਤੇ ਹੈ ਤੇ 20 ਕੈਲੰਡਰ ਡੇਜ਼ ਦੇ ਵਿੱਚ 84 ਵੀਜ਼ੇ ਲਿੱਤੇ ਹੈ। ਅੱਜ ਵੀ 3 ਗ੍ਰਾਂਟਸ ਹੋਰ ਆਏ ਗਏ ਨੇ ਜਿਹਦੇ ਵਿੱਚ 2 ਕੈਨੇਡਾ ਦੇ ਨੇ, 1 ਆਸਟ੍ਰੇਲੀਆ ਦਾ ਵੈ। ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਸਾਰਿਆਂ ਦੇ ਵੀ ਸਟੂਡੈਂਟਸ ਦੇ ਟੈਸਟੀਮੋਨੀਅਲਸ ਤੁਹਾਡੇ ਫੇਸਬੁੱਕ ਪੇਜ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਰੂਬਰੂ ਹੋਣਗੇ। ਸੋ ਜਿਹੜੇ ਇਸ ਵੇਲੇ ਰਿਜ਼ਲਟਸ ਹੈਗੇ ਨੇ, ਟੱਚ ਵਰਡ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਹੇ ਨੇ। ਅੱਜ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਉਸ ਦਿਨ ਮੈਂ ਆਸਟ੍ਰੇਲੀਆ ਦੀ ਨੋਟੀਫਿਕੇਸ਼ਨ ਬਾਰੇ ਗੱਲ ਕੀਤੀ ਸੀ, ਅੱਜ ਉਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਗੱਲ ਕਰ ਰਿਹਾ ਸੀ ਆਸਟ੍ਰੇਲੀਆ ਦੇ ਜਿਹੜੀ ਕਰੰਟ ਨਵੀਂ ਨੋਟੀਫਿਕੇਸ਼ਨ ਆਈ ਆ ਉਹਦੇ ਬਾਰੇ ਅਸੀਂ ਗੱਲ ਕਰਾਂਗੇ, ਤਾਂ ਜੋ ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਦਰਜ ਕਰ ਰਹੇ ਹੋ ਤੇ ਤੁਸੀਂ ਸਾਰਿਆਂ ਨੇ ਉਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ। 30 ਸਪਟੈਂਬਰ ਮੈਨੂੰ ਚੇਤਾ ਦੁਸਹਿਰੇ ਵਾਲੇ ਦਿਨ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋਇਆ ਸੀਗਾ, ਉਦੋਂ ਦੱਸਿਆ ਸੀ ਕਿ ਅੱਜ ਸਾਡੀ ਕੰਟਰੀ AL3 ਤੋਂ AL2 ਦੇ ਵਿੱਚ ਆ ਗਈ ਹੈ, ਯਾਨੀ ਕਿ ਹੁਣ ਸਾਨੂੰ ਕੋਈ ਵੀ ਕਾਗਜ਼ਾਤ ਅੰਬੈਸੀ ਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਿਰਫ ਆਪਣਾ ਪਾਸਪੋਰਟ ਤੇ COE ਅੰਬੈਸੀ ਨੂੰ ਭੇਜਣੀ ਹੈ ਤੇ ਸਾਡਾ ਜਿਹੜਾ ਹੈਗਾ ਵਾ ਹੋਰ ਕੋਈ ਵੀ ਡਾਕੂਮੈਂਟੇਸ਼ਨ ਸਾਡੇ ਕੋਲ ਮੰਗੇ ਨਹੀਂ ਜਾਣਗੇ। ਐਂਡ ਕਿਉਂਕਿ ਅਸੀਂ ਹੁਣ ਲੈਵਲ 2 ਕੰਟਰੀ ਦੇ ਵਿੱਚ ਹਾਂ ਤੇ ਅਸੀਂ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਵੀਜ਼ਾ ਅਪਲਾਈ ਕਰੀਏ ਤੇ ਸਾਡੇ ਵੀਜ਼ਾ ਨੂੰ ਜਿਹੜਾ ਹੈਗਾ ਵਾ ਖਾਸ ਤਵੱਜੋ ਸਟੂਡੈਂਟ ਦੀਆਂ ਐਪਲੀਕੇਸ਼ਨਸ ਨੂੰ ਦਿੱਤੀ ਜਾਏਗੀ, ਜਿਸ ਕਰਕੇ ਜਿਹੜਾ ਵਾ ਬੈਨ ਦੀ ਰਿਕੁਆਇਰਮੈਂਟ ਕਹਿ ਲਓ ਜਾਂ ਬਾਕੀ ਹੋਰ ਚੀਜ਼ਾਂ ਦੇ ਉੱਤੇ ਕਹਿ ਲਓ ਕਾਫੀ ਇਹ ਜਿਹੜਾ ਵਾ ਕਿ ਵੀ ਆਸਾਨ ਸ਼ਰਤਾਂ ਉਹ ਹੋ ਗਈਆਂ ਹੋਈਆਂ ਸੀ ਕਿ ਵੀ ਬੀਂਗ AL2 ਦੇ ਵਿੱਚ ਕਾਫੀ ਲੋਕਾਂ ਨੇ ਮੈਂ ਫੇਸਬੁੱਕ ਦੇ ਜਾਂ ਹੋਰ TV ਸ਼ੋਅਜ਼ ਵੀ ਦੇਖੇ ਗਏ ਸੀ ਕਿ ਜੀ ਅਸੀਂ ਪਹਿਲੇ ਹੀ ਲੈਵਲ 1 ਯੂਨੀਵਰਸਿਟੀਜ਼ ਦੇ ਵਿੱਚ ਕਰਦੇ ਹੈਗੇ ਸੀ ਤੇ ਜੇ ਲੈਵਲ 3 ਵੀ ਸੀ ਤੇ ਤਦ ਵੀ ਕੋਈ ਡਾਕੂਮੈਂਟੇਸ਼ਨ ਦੀ ਜ਼ਰੂਰਤ ਨਹੀਂ ਸੀ ਹੈਗੀ, ਅੱਜ ਚੇਂਜ ਵੀ ਹੋ ਗਿਆ ਤਾਂ ਕੋਈ ਲੰਬਾ ਚੌੜਾ ਫਰਕ ਨਹੀਂ ਪਿਆ। ਹਾਂਜੀ, ਲੈਵਲ 1 ਜਿਹੜੀਆਂ ਯੂਨੀਵਰਸਿਟੀਆਂ ਸੀ ਗਰੁੱਪ 8 ਦੀਆਂ ਯੂਨੀਵਰਸਿਟੀ ਸੀ ਉਹਨਾਂ ਦੇ ਪਹਿਲੇ ਵੀ ਕੋਈ ਕਾਗਜ਼ ਨਹੀਂ ਸੀ ਜਾਂਦੇ ਤੇ ਲੈਵਲ 3 ਤੋਂ 2 ਦੇ ਵਿੱਚ ਜਦੋਂ ਆ ਗਏ ਫਾਇਦਾ ਇਹ ਮਿਲਿਆ ਸੀ ਕਿ ਜਿਹੜੀਆਂ ਗਰੁੱਪ 8 ਦੀਆਂ ਯੂਨੀਵਰਸਿਟੀਜ਼ ਨਹੀਂ ਸੀ, ਦੂਸਰੀਆਂ ਯੂਨੀਵਰਸਿਟੀ ਸੀ ਜਿਹੜੀਆਂ ਲੈਵਲ 2 ਦੇ ਵਿੱਚ ਸੀ ਉਹਨਾਂ ਦੇ ਵਿੱਚ ਸਾਰੇ ਡਾਕੂਮੈਂਟੇਸ਼ਨ ਜਾਂਦੇ ਸੀ। ਮੈਂ ਉਦੋਂ ਵੀ ਇੱਕ ਚੀਜ਼ ਕਹੀ ਸੀ ਕਿ ਵੀ ਪਤਾ ਨਹੀਂ ਇਹ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਤੇ ਉਹਨੂੰ ਇੰਨੀ ਬੁਰੇ ਤਰੀਕੇ ਦੇ ਨਾਲ ਅਬਿਊਜ਼ ਕੀਤਾ ਜਾਂਦਾ, ਤੋੜ ਮਰੋੜ ਕੇ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਕਿ ਸਿਸਟਮ ਆਟੋਮੈਟਿਕਲੀ ਹੀ ਬਹੁਤ ਛੇਤੀ ਚੇਂਜ ਕਰ ਦਿੱਤਾ ਜਾਂਦਾ ਹੈ। ਅੱਜ ਉਹਦਾ ਹੀ ਸਦਕਾ ਜਿਹੜਾ ਵਾ ਕਾਫੀ ਦਿਨ ਹੋ ਗਏ ਕਿ ਵੀ ਨੋਟੀਫਿਕੇਸ਼ਨ ਆਈ ਹੋਈ ਹੈ, ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਕਲੀਅਰਲੀ ਜਿਹੜੀ ਹੈ ਲਿਖੀ ਹੈ ਕਿ ਵੀ ਹੁਣ ਤੁਸੀਂ ਕੋਈ ਵੀ ਐਪਲੀਕੇਸ਼ਨ ਦਰਜ ਕਰਨੀ ਹੈਗੀ, ਚਾਹੇ ਤੁਸੀਂ ਲੈਵਲ 1 ਕੰਟਰੀ ਦੀ ਹੋ, ਲੈਵਲ 1 ਇੰਸਟੀਟਿਊਟ ਦੀ ਕਰ ਰਹੇ ਹੋ, ਲੈਵਲ 2 ਇੰਸਟੀਟਿਊਟ ਦੀ ਕਰ ਰਹੇ ਹੋ ਜਾਂ ਲੈਵਲ 3 ਇੰਸਟੀਟਿਊਟ ਦੀ, ਕਿਸੇ ਵੀ ਇੰਸਟੀਟਿਊਟ ਦੀ ਤੁਸੀਂ ਐਪਲੀਕੇਸ਼ਨ ਦਰਜ ਕਰ ਰਹੇ ਹੋ ਆਸਟ੍ਰੇਲੀਆ ਦੀ, ਤੁਹਾਨੂੰ ਸਾਰੀ ਦੀ ਸਾਰੀ ਡਾਕੂਮੈਂਟੇਸ਼ਨ ਦੇਣੀ ਜ਼ਰੂਰੀ ਹੈ। ਉਹਨਾਂ ਨੇ ਲਿਖਿਆ ਜੀ ਵੀ ਹਾਈਲੀ ਰਿਕਮੈਂਡ ਕਿ ਜੀ ਤੁਸੀਂ ਸਾਰੀ ਡਾਕੂਮੈਂਟੇਸ਼ਨ ਦਿਓ। ਪਹਿਲੇ ਕੀ ਹੁੰਦਾ ਸੀ, ਤੁਸੀਂ ਕੋਈ ਡਾਕੂਮੈਂਟ ਨਹੀਂ ਵੀ ਦਿੱਤਾ ਤੇ ਵੀਜ਼ਾ ਆਫਿਸਰ ਤੁਹਾਡੇ ਕੋਲ ਡਾਕੂਮੈਂਟਸ ਮੰਗ ਲੈਂਦਾ ਸੀ ਕਿ ਜੀ ਤੁਸੀਂ ਸਾਨੂੰ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਗਏ ਭੇਜੋ ਜੀ, ਤੁਹਾਡੇ ਐਜੂਕੇਸ਼ਨ ਡਾਕੂਮੈਂਟ ਨਹੀਂ ਗਏ ਇਹ ਭੇਜੋ ਜੀ, ਤੁਹਾਡੇ ਇਹ ਹੈਲਥ ਕਵਰ ਨਹੀਂ ਗਾ ਇਹ ਵਾਲਾ ਡਾਕੂਮੈਂਟ ਭੇਜੋ ਜੀ। ਹੁਣ ਉਹਨਾਂ ਨੇ ਕਲੀਅਰਲੀ ਲਿਖਿਆ ਕਿ ਅਸੀਂ ਹੋ ਸਕਦਾ ਮੰਗੀਏ ਵੀ ਨਾ, ਇਹ ਵੀ ਤੁਹਾਡੇ ਕੋਲੋਂ ਕੋਈ ਡਾਕੂਮੈਂਟ ਮੰਗੀਏ ਵੀ ਨਾ। ਦੈਟ ਮੀਨਸ ਕਿ ਜੋ ਤੁਸੀਂ ਐਪਲੀਕੇਸ਼ਨ ਜੋ ਤੁਸੀਂ ਡਾਕੂਮੈਂਟੇਸ਼ਨ ਜਮ੍ਹਾਂ ਕਰਵਾਉਣੀ ਹੈ ਉਹਦੇ ਬੇਸਿਸ ਦੇ ਉੱਤੇ ਹੀ ਵੀਜ਼ਾ ਆਫਿਸਰ ਨੇ ਐਪਲੀਕੇਸ਼ਨ ਡਿਸਾਈਡ ਕਰਨੀ ਹੈ, ਇਹਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ। ਦੈਟ ਮੀਨਸ ਸਾਰਿਆਂ ਨੂੰ ਇਹ ਵਾਲੀ ਮੇਰੀ ਐਡਵਾਈਸ ਹੈ ਕਿ ਵੀ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਹੁਣ ਆਸਟ੍ਰੇਲੀਆ ਵਾਸਤੇ ਦਰਜ ਕਰੋਗੇ, ਮੇਕ ਸ਼ੋਰ ਤੁਹਾਡੇ ਐਜੂਕੇਸ਼ਨ ਡਾਕੂਮੈਂਟਸ, ਤੁਹਾਡੇ ਪਾਸਪੋਰਟ ਦੇ ਸਾਰੇ ਪੇਜਿਸ, ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਯਾਨੀ ਕਿ ਤੁਹਾਡੇ ਬੈਂਕ ਸਟੇਟਮੈਂਟਸ ਜਾਂ FDRs ਜਾਂ ਤੁਸੀਂ ਐਜੂਕੇਸ਼ਨ ਲੋਨ ਲਿੱਤਾ ਉਹ, ਤੁਹਾਡੇ ਆਮਦਨੀ ਦੇ ਸਾਰੇ ਡਾਕੂਮੈਂਟਸ ਪਲੱਸ ਤੁਹਾਡੀ ਸਟੇਟਮੈਂਟ ਆਫ ਪਰਪਸ, ਇਹ ਸਾਰੀਆਂ ਚੀਜ਼ਾਂ ਜਾਣੀਆਂ ਬਹੁਤ ਜ਼ਿਆਦਾ ਜ਼ਰੂਰੀ। ਇਹ ਚੇਂਜਿਸ ਜਿਹੜਾ ਮੁੱਦਾ ਇਹ ਆਉਂਦਾ ਕਿ ਇਹ ਚੇਂਜਿਸ ਇੰਨੀ ਛੇਤੀ ਕਿਉਂ ਕੀਤੇ ਗਏ, ਨੋਟੀਫਿਕੇਸ਼ਨ ਕਿਉਂ ਆਈ, ਕੀ ਅਸੀਂ ਦੁਬਾਰਾ AL2 ਤੋਂ AL3 ਤੇ ਆ ਗਏ ਹਾਂ ਜਾਂ ਕੋਈ ਹੋਰ ਕਾਰਨ ਹੈ? ਨਹੀਂ, ਅਸੀਂ AL2 ਤੋਂ AL3 ਦੇ ਉੱਤੇ ਨਹੀਂ ਆਏ, ਅਸੀਂ AL2 ਦੇ ਉੱਤੇ ਹੀ ਹਾਂ। ਪ੍ਰੋਬਲਮ ਇਹ ਹੈ
ਕਾਫੀ ਰਿਫਿਊਜ਼ਲਸ ਜਿਹੜਾ ਵਾ, ਇੱਕ ਦੋ ਰਿਫਿਊਜ਼ਲਸ ਮੈਂ ਦੇਖਿਆ ਐਂਡ ਕਾਫੀ ਸਟੂਡੈਂਟਸ ਨੂੰ ਮਿਲਿਆ ਜਿਹਦੇ ਤੋਂ ਇਹ ਚੀਜ਼ ਸਾਹਮਣੇ ਆਈ ਕਿ ਵੀ ਸਟੂਡੈਂਟ ਨੇ 12ਵੀਂ ਕੀਤੀ ਉਹਦੇ ਨੰਬਰ ਹੈਗੇ ਸੀ 50% ਜਾਂ 55%। ਅੰਬੈਸੀ ਦੇ ਵਿੱਚ ਐਪਲੀਕੇਸ਼ਨ ਫਾਰਮ ਦੇ ਵਿੱਚ ਲਿਖ ਕੇ ਭੇਜ ਦਿੱਤਾ ਗਿਆ ਕਿ ਜੀ ਨੰਬਰ ਬੱਚੇ ਦੇ 70%, ਬੱਚੇ ਦੇ ਫੰਡਸ ਹੈਗੇ ਵੀ ਨਹੀਂ ਗਏ, ਬਟ ਫਿਰ ਵੀ ਉੱਥੇ ਅੰਬੈਸੀ ਦੇ ਵਿੱਚ ਲਿਖ ਕੇ ਦੇਤਾ ਜੀ ਸਾਡੇ ਕੋਲ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਗਏ ਉਹ ਸਟੂਡੈਂਟ ਦੇ ਜਿਹੜੇ ਜਿਹਦੀ ਰਿਕੁਆਇਰਮੈਂਟ ਹੈ ਉਹਨੂੰ ਮੀਟ ਕਰ ਰਿਹਾ। ਜਿਹਦੇ ਚਲਦੇ ਜਦੋਂ ਉਹਨਾਂ ਨੇ ਹਿਊਜ ਨੰਬਰ ਆਫ ਐਪਲੀਕੇਸ਼ਨ ਦੇਖੀਆਂ ਤੇ ਉਹਦੇ ਚਲਦੇ ਜਿਹੜਾ ਹੈਗਾ ਕਿ ਉਹਨਾਂ ਨੇ ਇਸ ਚੀਜ਼ ਦੇ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜੋ ਤੁਸੀਂ ਲਿਖਦੇ ਪਏ ਹੋ ਉਹਦੀ ਸਾਨੂੰ ਡਾਕੂਮੈਂਟੇਸ਼ਨ ਐਂਡ ਉਹਦਾ ਐਵੀਡੈਂਸ ਉਹ ਜ਼ਰੂਰੀ ਚਾਹੀਦਾ ਹੀ ਚਾਹੀਦਾ। ਸੋ ਜਦ ਤੱਕ ਤੁਹਾਡੇ ਤੁਸੀਂ ਡਾਕੂਮੈਂਟੇਸ਼ਨ ਆਪਣੇ ਨਹੀਂ ਦੇ ਰਹੇਗੇ ਤਦ ਤੱਕ ਤੁਸੀਂ ਕੋਈ ਵੀ ਉਹ ਕਿਸੇ ਵੀ ਚੀਜ਼ ਨੂੰ ਮੰਨਣਗੇ ਨਹੀਂ ਕਿ ਵੀ ਇਹ ਡਾਕੂਮੈਂਟੇਸ਼ਨ ਆ ਜੋ ਤੁਸੀਂ ਲਿਖਿਆ ਆ ਵਾ ਇਹ ਕਰੈਕਟ ਹੈਗਾ। ਸੋ ਇਹਦਾ ਸਦਕਾ ਇਹੀ ਹੈ ਕਿ ਭਾਈ ਇਹਦਾ ਵਜ੍ਹਾ ਇਹੀ ਹੈ ਕਿ ਭਾਈ ਜਿਹਦੇ ਕਹਿ ਲਓ ਕਿ ਵੀ ਵੱਡੀ ਤਾਦਾਦ ਦੇ ਵਿੱਚ ਕਹਿ ਲਓ ਜਾਂ ਅਬਿਊਸ ਕਹਿ ਲਓ ਸਿਸਟਮ ਦਾ ਉਹ ਹੋਇਆ ਜਿਹਦੇ ਚਲਦੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ। ਸੋ ਜਿਹੜੇ ਵੀ ਸਟੂਡੈਂਟਸ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਰਹੇ ਨੇ ਮੇਕ ਸ਼ੋਰ ਉਹ ਸਾਰੀ ਡਾਕੂਮੈਂਟੇਸ਼ਨ ਐਪਰੋਪ੍ਰੀਏਟ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਕਿ ਵੀ ਜਿੱਦਾਂ ਅਸੀਂ 30 ਸਤੰਬਰ ਤੋਂ ਪਹਿਲੇ ਐਪਲੀਕੇਸ਼ਨ ਦਰਜ ਕਰਦੇ ਸੀ ਉਸੇ ਤਰੀਕੇ ਦੇ ਨਾਲ ਹੀ ਐਪਲੀਕੇਸ਼ਨ ਦਰਜ ਹੋਵੇ, ਤੁਹਾਡਾ ਪ੍ਰੋਪਰ ਬੈਂਕ ਬੈਲੈਂਸ, ਤੁਹਾਡੀ ਬੈਂਕ ਦੀ ਸਟੇਟਮੈਂਟ, ਤੁਹਾਡੇ ਇਨਕਮ ਡਾਕੂਮੈਂਟਸ, ਤੁਹਾਡਾ ਸਟੇਟਮੈਂਟ ਆਫ ਪਰਪਸ, ਸਾਰੇ ਦੇ ਸਾਰੇ ਐਜੂਕੇਸ਼ਨ ਡਾਕੂਮੈਂਟਸ ਉਹ ਨਾਲ ਲੱਗੇ ਹੋਣੇ ਜ਼ਰੂਰੀ ਹੈ। ਜੇਕਰ ਨਾਲ ਲੱਗੇ ਹੋਏ ਹੈ ਤਾਂ ਕੋਈ ਵੀ ਦਿੱਕਤ ਨਹੀਂ ਆਏਗੀ। ਹੁਣ ਅੱਗੇ ਗੱਲ ਕਰਦੇ ਹਾਂ ਕਿ ਅਸੀਂ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਦੀ, ਆਸਟ੍ਰੇਲੀਆ ਦੀ ਰਿਕੁਆਇਰਮੈਂਟ ਤੁਹਾਨੂੰ ਗ੍ਰੈਜੂਏਟ ਹੋ 6 ਬੈਂਡ ਚਾਹੀਦੇ ਹੈ, ਵਿਆਹ ਹੋ ਆਪਣੇ ਸਪਾਊਸ ਦੇ ਨਾਲ ਤੁਸੀਂ ਜਾ ਸਕਦੇ ਹੋ, 12ਵੀਂ ਪਾਸ ਹੈ ਐਂਡ ਅੱਜ ਸਪਾਊਸ ਦੇ ਨਾਲ ਜਾਣਾ ਚਾਹੁੰਦਾ, ਕਿਤੇ ਵੀ ਜਿਹੜਾ ਵਾ ਇਸ ਵੇਲੇ ਆਪਸ਼ਨਸ ਕਹਿ ਲਓ ਜਾਂ ਸੀਟਸ ਕਹਿ ਲਓ ਅਵੇਲੇਬਲ ਨਹੀਂ। ਬਹੁਤ ਘੱਟ ਹੀ ਇੰਸਟੀਟਿਊਟਸ ਹੈਗੇ ਨੇ ਉੱਥੇ ਜਿਹੜੇ 12ਵੀਂ ਪਾਸ ਨੂੰ ਸਪਾਊਸ ਦੇ ਨਾਲ ਐਕਸੈਪਟ ਕਰ ਰਹੇ ਨੇ ਜਾਂ 12ਵੀਂ ਮੈਰਿਡ ਕੇਸ ਨੂੰ ਉਹ ਐਕਸੈਪਟ ਕਰ ਰਹੇ ਨੇ। ਜਦੋਂ ਵੀ ਕੋਈ ਉਹ ਹੋਰ ਕਿਤੇ ਵੀ ਸੀਟਸ ਅਵੇਲੇਬਲ ਹੁੰਦੀਆਂ, ਆਪਸ਼ਨਸ ਅਵੇਲੇਬਲ ਹੁੰਦੀਆਂ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਜ਼ਰੂਰ ਦੱਸਾਂਗਾ। ਹੁਣ ਅਸੀਂ ਗੱਲ ਕਰਦੇ ਹਾਂ ਕੈਨੇਡਾ। ਕੈਨੇਡਾ ਇਸ ਵੇਲੇ ਕਾਫੀ ਸਮੇਂ ਤੋਂ ਮੈਂ ਕਹਾਂਗਾ ਕਿ ਵੀ ਫਸਟ ਪ੍ਰਾਇਰਿਟੀ ਕਹਿ ਲਓ ਜਾਂ ਫਸਟ ਚੋਇਸ ਕਹਿ ਲਓ ਸਟੂਡੈਂਟਸ ਦੀ ਬਣਿਆ ਹੋਇਆ। ਕੈਨੇਡਾ ਫਸਟ ਚੋਇਸ ਬਣਨ ਦਾ ਇੱਕੋ ਕਾਰਨ ਹੈ ਕਿ ਵੀ ਉੱਥੇ ਇੱਕ ਡਿਪਲੋਮਾ ਸੀਗੇ ਨੇ ਕਿ ਵੀ 2 ਸਾਲ ਦਾ ਸਟੂਡੈਂਟ ਨੂੰ ਡਿਪਲੋਮਾ ਮਿਲਦਾ ਹੈ, 2 ਸਾਲ ਬਾਅਦ ਸਟੂਡੈਂਟ ਜਿਹੜਾ ਆਪਣਾ ਕੋਰਸ ਕੰਪਲੀਟ ਕਰਕੇ ਵਰਕ ਪਰਮਿਟ ਲਈ ਅਪਲਾਈ ਕਰ ਦਿੰਦਾ ਹੈ, ਆਪਣੇ ਪੁਆਇੰਟਸ ਪੂਰੇ ਕਰਦਾ ਅਤੇ ਪਰਮਾਨੈਂਟ ਰੈਜੀਡੈਂਸੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਕੈਨੇਡਾ ਦੀ ਬਹੁਤ ਦੇਰ ਤੋਂ ਇੱਕੋ ਚੀਜ਼ ਦੀ ਗੱਲ ਚੱਲ ਰਹੀ ਹੈ, ਰੂਲਸ ਚੇਂਜ ਹੋ ਰਹੇ ਹੈ 1 ਫਰਵਰੀ 2018 ਤੋਂ। ਫਟਾਫਟ ਆਪਣੀ ਐਪਲੀਕੇਸ਼ਨਾਂ ਦਰਜ ਕਰ ਦਿਓ ਜੀ, ਪਤਾ ਨਹੀਂ ਬਾਅਦ 'ਚੋਂ ਮੌਕਾ ਲੱਗੇ ਕਿ ਨਾ ਲੱਗੇ। ਮੈਂ ਕਾਫੀ ਟਾਈਮ ਤੋਂ ਇੱਕੋ ਚੀਜ਼ ਦੇ ਉੱਤੇ ਕਹਿ ਲਓ ਕਿ ਵੀ ਜ਼ੋਰ ਪਾ ਰਿਹਾ ਵਾਂ ਕਿ ਵੀ ਐਪਲੀਕੇਸ਼ਨ ਕੈਨੇਡਾ ਕਦੀ ਵੀ ਰੂਲਿੰਗ ਇਨਟੇਕ ਦੇ ਵਿੱਚ ਕੈਟੇਗਰੀਜ਼ ਨੂੰ ਇਹ ਨਹੀਂ ਕਰਦਾ ਕਿ ਜਾਂ ਬਾਕੀ ਸਾਰੀਆਂ ਕੈਟੇਗਰੀਆਂ ਬੰਦ ਕਰਤੀਆਂ ਅਤੇ ਇਹ ਵਾਲੀ ਕੈਟੇਗਰੀ ਤੁਹਾਡੀ ਚੱਲੇਗੀ, ਅਤੇ ਕੱਲ੍ਹ ਸਵੇਰ ਤੋਂ ਜਿਹੜੀਆਂ ਅੰਦਰ ਐਪਲੀਕੇਸ਼ਨ ਜਾਂ ਜਿਹੜੀਆਂ ਬਾਹਰ ਐਪਲੀਕੇਸ਼ਨ ਹੈ ਉਹਦੇ ਉੱਤੇ ਇਹ ਵਾਲਾ ਕਾਨੂੰਨ ਜਿਹੜਾ ਉਹ ਲਾਗੂ ਹੋਏਗਾ। ਠੀਕ ਹੈ ਜੀ, ਜੇਕਰ ਕਿਸੇ ਵੀ ਅੱਜ ਦੀ ਡੇਟ ਦੇ ਵਿੱਚ 3 ਕੈਟੇਗਰੀਜ਼ ਹੈ, ਸੋ ਜ਼ਰਾ ਧਿਆਨ ਦੇ ਲੈ ਲਿਓ, ਅੱਜ ਦੀ ਡੇਟ 'ਚ 3 ਕੈਟੇਗਰੀਜ਼ ਹੈ। ਪਹਿਲੀ ਕੈਟੇਗਰੀ ਹੈ SPP, ਦੂਜੀ ਕੈਟੇਗਰੀ ਹੈ ਜਨਰਲ ਕੈਟੇਗਰੀ, ਤੀਸਰੀ ਕੈਟੇਗਰੀ ਹੈ ਯੂਨੀਵਰਸਿਟੀ ਕੈਟੇਗਰੀ। 3 ਕੈਟੇਗਰੀਜ਼ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ। ਜੇਕਰ ਕਿਸੇ ਨੇ SPP ਦੇ ਵਿੱਚ ਜਾਣਾ ਤੇ ਉਹਨੂੰ ਆਪਣੀ 6 ਮਹੀਨੇ ਦੀ ਫੀਸ ਦੇਣੀ ਹੈ ਤੇ 1 ਸਾਲ ਦਾ ਆਪਣਾ ਜਿਹੜਾ GIC ਹੈ ਉਹ ਆਪਣਾ ਜਮ੍ਹਾਂ ਕਰਵਾਉਣਾ, ਉਹ SPP ਦੇ ਵਿੱਚ ਅਪਲਾਈ ਕਰ ਸਕਦਾ ਜਿਹਦੀ ਰਿਕੁਆਇਰਮੈਂਟ ਹੈ 6 ਬੈਂਡ ਓਵਰਆਲ ਨੋਟ ਲੈਸ ਦੈਨ 5.5। ਜਨਰਲ ਕੈਟੇਗਰੀ 'ਚ ਅਪਲਾਈ ਕਰਨਾ ਜੇਕਰ SPP ਤੁਹਾਨੂੰ ਅਪਲਾਈ ਕਰਨ ਦਾ ਮੌਕਾ ਇੱਕ ਵਾਰ ਮਿਲਦਾ, ਇੱਕ ਵਾਰ ਐਪਲੀਕੇਸ਼ਨ ਦਰਜ ਕਰਤੀ ਆਪਣਾ ਰਿਜੈਕਟ ਹੋ ਗਈ ਤਾਂ ਦੂਸਰੀ ਵਾਰ ਤੁਸੀਂ ਜਨਰਲ ਕੈਟੇਗਰੀ ਦੇ ਵਿੱਚ ਹੀ ਅਪਲਾਈ ਕਰ। ਤੀਸਰੀ ਕੈਟੇਗਰੀ ਹੈਗੀ ਹੈ ਉਹ ਹੈਗੀ ਯੂਨੀਵਰਸਿਟੀ ਕੈਟੇਗਰੀ ਕਿ ਵੀ ਜੇਕਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਜਾ ਰਹੇ ਹੋ ਤੇ ਉਹਨਾਂ ਦੀ ਇੱਕ ਕੈਟੇਗਰੀ ਵੱਖਰੀ ਹੈ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਜਦੋਂ ਤੁਸੀਂ ਯੂਨੀਵਰਸਿਟੀ ਦੀ ਅਸੀਂ ਗੱਲ ਕਰੀਏ ਤੇ ਕਾਫੀ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਕੈਨੇਡਾ ਦੀ ਜਿਨ੍ਹਾਂ ਨੂੰ ਕੋਈ ਵੀ IELTS ਦੀ ਰਿਕੁਆਇਰਮੈਂਟ ਨਹੀਂ ਹੈਗੀ, ਉਹ ਕਹਿੰਦੇ ਆ ਤੁਹਾਡੇ ਇੰਗਲਿਸ਼ ਦੇ ਵਿੱਚ 65% ਨੰਬਰ ਹੈਗੇ ਹੈ ਤੇ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੈਗੇ, ਸਾਨੂੰ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੈਗੀ। ਤੇ ਕਾਫੀ ਯੂਨੀਵਰਸਿਟੀਜ਼ ਇੱਦਾਂ ਦੀਆਂ ਵੀ ਹੈ ਜਿਹੜੀਆਂ ਕਹਿੰਦੀਆਂ ਕਿ ਵੀ ਜੇ ਤੁਹਾਡੇ 7-5 ਬੈਂਡ ਹੈ ਜਦੋਂ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਆਓਗੇ ਤੁਹਾਡਾ ਅਸੀਂ ਇੱਥੇ ਰਿਟਨ ਟੈਸਟ ਲੈ ਕੇ ਦੇਖਾਂਗੇ, ਉਹ ਤੋਂ ਅਸੀਂ ਡਿਸਾਈਡ ਕਰਾਂਗੇ ਕਿ ਵੀ ਤੁਹਾਨੂੰ EAP ਕੋਰਸ ਕਿੰਨੀ ਦੇਰ ਦਾ ਲੱਗਣਾ ਤੇ ਕਿੰਨੀ ਦੇਰ ਦਾ ਨਹੀਂ ਲੱਗਣਾ।
ਕਈ ਉਹਨੂੰ ਪੀਏਪੀ ਕੋਰਸ ਕਹਿੰਦੇ ਆ, ਕਈ ਉਹਨੂੰ ESL ਦਾ ਕੋਰਸ ਕਹਿੰਦੇ ਆ। ਸੋ ਡਿਫਰੈਂਟ ਡਿਫਰੈਂਟ ਜਿੱਦਾਂ ਕਹਿ ਲਓ ਕਿ ਵੀ ਵਰਡ ਯੂਜ਼ ਕੀਤੇ ਜਾਂਦੇ ਨੇ, ਬਟ ਹੈ ਉਹ ਐਟ ਦ ਐਂਡ ਆਫ ਦ ਡੇ ਇੰਗਲਿਸ਼ ਦਾ ਕੋਰਸ। ਕਿ ਵੀ ਉੱਥੇ ਜਾ ਕਰਕੇ ਤੁਹਾਨੂੰ ਪਤਾ ਲੱਗਦਾ ਵਾ ਸਟੂਡੈਂਟ ਨੂੰ ਕਿ ਜੀ ਮੈਨੂੰ 1 ਵੀਕ ਕਰਨਾ ਪਏਗਾ, 10 ਵੀਕ ਕਰਨਾ ਪਏਗਾ ਜਾਂ 12 ਵੀਕ ਦਾ ਕੋਰਸ ਕਰਨਾ ਪਏਗਾ ਬਿਫੋਰ ਆਈ ਸਟਾਰਟ, ਜਾਂ ਇੱਕ ਪੂਰਾ ਸਮੈਸਟਰ ਕਰਨਾ ਪਏਗਾ ਬਿਫੋਰ ਆਈ ਸਟਾਰਟ ਦ ਮੇਨ ਕੋਰਸ ਜਿਹੜਾ ਕਿ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ। ਕੈਨੇਡਾ 'ਚ ਦੱਸ ਦਿੰਦਾ ਵਾ, ਜਿਹੜੇ ਵੀ ਸਟੂਡੈਂਟ 12ਵੀਂ ਤੋਂ ਬਾਅਦ ਯੂਨੀਵਰਸਿਟੀ 'ਚ ਅਪਲਾਈ ਕਰਦੇ ਨੇ, 4 ਸਾਲ ਦੀ ਬੈਚਲਰ ਡਿਗਰੀ ਹੁੰਦੀ ਹੈ ਅਤੇ 2 ਸਾਲ ਦੀ ਮਾਸਟਰ ਡਿਗਰੀ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ 1 ਫਰਵਰੀ 2018 ਤੋਂ ਬਾਅਦ ਕੀ ਹੋਏਗਾ। ਦੇਖੋ ਜੋ ਆਪਣਾ ਐਕਸਪੀਰੀਅੰਸ ਹੈ ਉਹਦੇ ਵਿੱਚ ਮੈਂ ਆਪਣੇ ਤਜਰਬੇ ਤੋਂ ਇਹ ਦੱਸਿਆ ਕਿ SDS ਜਿਹੜੀ ਕੈਟੇਗਰੀ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਨੇ 6 ਬੈਂਡ ਈਚ ਕਿਹਾ, ਬਟ ਕਿਤੇ ਵੀ ਕੋਈ ਰਿਟਨ ਨੋਟੀਫਿਕੇਸ਼ਨ ਨਹੀਂ ਹੈ। ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਦੈਟ ਇਜ਼ ਔਨ ਦ ਬੇਸਿਸ ਔਫ ਜਿਹੜੀ ਇਹ ਕਾਲਜਿਸ ਨੂੰ ਈਮੇਲਸ ਆਈਆਂ ਨੇ, ਤਾਂ ਕਾਲਜ ਨੇ ਅੱਗੇ ਸਾਨੂੰ ਜੋ ਇੰਟੀਮੇਟ ਕੀਤਾ ਉਹਦੇ ਬੇਸਿਸ ਦੇ ਉੱਤੇ ਅਸੀਂ ਤੁਹਾਨੂੰ ਇਨਫੋਰਮੇਸ਼ਨ ਜਾਂ ਤੁਹਾਡੇ ਨਾਲ ਰੂਬਰੂ ਹੋ ਕਰਕੇ ਜਿਹਦੀ ਅਪਡੇਸ਼ਨ ਹੈ ਉਹਦੇ ਬਾਰੇ ਜਾਣਕਾਰੀ ਦੇਵੇ। ਜਿਹੜੇ ਕਾਲਜਿਸ ਹੈ ਸਾਰੇ ਦੇ ਸਾਰੇ ਕਾਲਜਿਸ ਨੇ ਹਜੇ ਤੱਕ ਵੀ ਈਮੇਲ ਨਹੀਂ ਭੇਜੀ, ਅੱਜ ਵੀ ਕਈ ਕਾਲਜਿਸ ਹੈ ਤੇ ਅੱਜ ਵੀ 22 ਆਫਰਾਂ ਆਈਆਂ ਨੇ। ਸੋ ਉਹਦੇ ਵਿੱਚ ਹੈ ਕਿ ਬੇਸਿਕ ਕਾਲਜ ਪੁੱਛੋ ਭਾਈ ਜਿਹੜੇ ਆਫਰਸ ਆਈਆਂ ਇਹਨਾਂ ਦੀਆਂ LOAs ਆਉਣ ਲੱਗੀਆਂ ਤੇ 10 ਫਰਵਰੀ ਜਾਂ 15 ਫਰਵਰੀ ਪਏਗੀ ਜੇਕਰ ਬੱਚਿਆਂ ਦੀ ਫੀਸ ਟ੍ਰਾਂਸਫਰ ਕਰਾਉਂਦੇ ਨੇ, ਔਰ ਜੇ ਕੱਲ੍ਹ ਤੋਂ ਜੇਕਰ ਇਹ ਕਾਨੂੰਨ ਇੰਪਲੀਮੈਂਟ ਹੋ ਗਿਆ ਤੇ ਫਿਰ ਸਟੂਡੈਂਟਸ ਦਾ ਕੀ ਹੋਏਗਾ। ਬੜਾ ਕਲੀਅਰ ਜਿਹਾ ਜਵਾਬ ਆ ਗਿਆ ਕਿ ਭਾਈ ਜਿਹਦੇ ਬੱਚਿਆਂ ਦੀਆਂ ਫੀਸਾਂ ਹੋਣੀਆਂ ਫੀਸਾਂ ਕਰਵਾਓ, ਕੋਈ ਸਮੱਸਿਆ ਵਾਲੀ ਚੀਜ਼ ਨਹੀਂ ਹੈਗੀ। ਕਿ ਜੇਕਰ SDS ਹੋ ਵੀ ਜਾਂਦਾ ਉਹਦੇ ਨਾਲ SPP ਕੈਟੇਗਰੀ ਬੰਦ ਨਹੀਂ ਹੋਏਗੀ, SPP ਕੈਟੇਗਰੀ ਮਈ ਵਸਤੇ ਤੱਕ ਹੋ ਸਕਦਾ ਉਹ ਚਲਾਨ ਕਿ ਵੀ ਅੱਜ ਦੇ ਤੇ 3 ਕੈਟੇਗਰੀ ਚੱਲ ਰਹੀਆਂ, 4 ਕੈਟੇਗਰੀਜ਼ ਹੋ ਜਾਣਗੀਆਂ, SDS ਹੋ ਜਾਏਗੀ, SPP ਹੋ ਜਾਏਗੀ, ਜਨਰਲ ਹੋ ਜਾਏਗੀ, ਯਾਨੀ ਯੂਨੀਵਰਸਿਟੀ ਕੈਟੇਗਰੀ ਹੋ ਜਾਏਗੀ। ਸਪਟੈਂਬਰ ਵਾਸਤੇ ਵੀ ਹੋ ਸਕਦਾ ਇਹ ਚਾਰੋਂ ਹੋਣ, ਕਿਉਂਕਿ ਕਾਫੀ ਕਾਲਜਿਸ ਨੇ ਆਪਣੇ ਸਪਟੈਂਬਰ ਦੇ LOAs ਜਿਹੜੇ ਆ ਉਹ ਇਸ਼ੂ ਕਰਨੇ ਚਾਲੂ ਕਰਦੇ ਹੋਏ ਨੇ। ਜਨਵਰੀ 2019 ਤੋਂ ਇਹ ਹੋ ਸਕਦਾ ਕਿ SPP ਦੀ ਕੈਟੇਗਰੀ ਜਿਹੜੀ ਹੈ ਫਾਰਮ ਦੇ ਵਿੱਚੋਂ ਨਿਕਲ ਜਾਏ, ਸਿਰਫ SDS ਕੈਟੇਗਰੀ ਹੀ ਰਵੇ ਕਿ ਵੀ ਜਿਹਦੇ ਵਿੱਚ ਭਾਈ 1 ਸਾਲ ਦੀ ਤੁਸੀਂ ਫੀਸ ਦੇਣੀ ਹੈ, ਆਪਣਾ GIC ਦੇਣਾ ਤੇ ਅਪਲਾਈ ਕਰਨਾ। ਜਿੰਨੀ ਦੇਰ ਤੱਕ ਇਹ 4 ਕੈਟੇਗਰੀਜ਼ ਇਕੱਠੀਆਂ ਚੱਲਣਗੀਆਂ, ਇਹ 4 ਕੈਟੇਗਰੀਜ਼ ਦੇ ਵਿੱਚ ਇਹ ਹੋ ਸਕਦਾ ਕਿ SDS ਨੂੰ ਤਵੱਜੋ ਜ਼ਿਆਦਾ ਦਿੱਤੀ ਜਾਵੇ। ਤਵੱਜੋ ਜ਼ਿਆਦਾ ਦਿੱਤੀ ਜਾਣ ਦਾ ਮਤਲਬ ਹੈ ਕਿ ਵੀ ਜਿਹੜੇ ਬੱਚੇ ਨੇ ਸਾਲ ਦੀ ਫੀਸ ਜਾਂ GIC ਦਿੱਤਾ ਹੋ ਸਕਦਾ ਉਹਦਾ ਵੀਜ਼ਾ ਜਿਹੜਾ ਵਾ ਹਫ਼ਤੇ ਦੇ ਵਿੱਚ ਵਿੱਚ ਆਪਣਾ ਜਿਹੜਾ ਵਾ ਉਹਦਾ ਰਿਜ਼ਲਟ ਦੇਣ ਜਾਂ ਵੀਜ਼ਾ ਦੇਣ। ਤੇ ਜਿਹੜੇ ਸਟੂਡੈਂਟ SPP ਦੇ ਵਿੱਚ ਪੁਰਾਣੀ ਕੈਟੇਗਰੀ 'ਚ ਅਪਲਾਈ ਕਰਨਗੇ ਜਾਂ ਜਨਰਲ ਦੇਣਗੇ, ਉਹਨਾਂ ਦਾ ਜੋ ਨੋਰਮਲ 6 ਵੀਕਸ ਦਾ ਟਰਨ ਅਰਾਊਂਡ ਟਾਈਮ ਚੱਲ ਰਿਹਾ, ਉਹ 6 ਵੀਕਸ ਦੇ ਟਰਨ ਅਰਾਊਂਡ ਟਾਈਮ ਦੇ ਨਾਲ ਨਾਲ ਉਹ ਆਪਣੀ ਐਪਲੀਕੇਸ਼ਨ ਕਰਨ। ਸੋ ਸਾਰੇ ਸਟੂਡੈਂਟਸ ਨੂੰ ਇਹ ਐਡਵਾਈਸ ਹੈ। ਅੱਜ ਮੈਂ ਜਲੰਧਰ ਸੀਗਾ, ਕਾਫੀ ਸਾਰੇ ਸਟੂਡੈਂਟਸ ਨੂੰ ਮਿਲਿਆ, ਸਾਰੇ ਸਟੂਡੈਂਟਸ ਦਾ ਇੱਕ ਸੀ ਭਾਜੀ ਅੱਜ ਐਪਲੀਕੇਸ਼ਨ ਇੱਕੋ ਸ਼ਰਤ ਅਸੀਂ ਦਿੰਦੇ ਜੇਕਰ 31 ਤਰੀਕ ਤੋਂ ਪਹਿਲੇ ਪਹਿਲੇ ਲੱਗਣੀ ਹੈ ਤੇ ਮਤਲਬ 31 ਤਰੀਕ ਤੋਂ ਪਹਿਲੇ ਪਹਿਲੇ ਤੇ ਅਸੀਂ ਲਗਾ ਲਾਂਗੇ। ਬਟ ਇੱਕ ਚੀਜ਼ ਦਾ ਆਪਣੇ ਦਿਮਾਗ 'ਚ ਪਾ ਲਓ ਕਿ ਕੋਈ ਕਾਹਲੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕੋਈ ਸਮੱਸਿਆ ਵਾਲੀ ਚੀਜ਼ ਨਹੀਂ ਹੈ। ਕੈਨੇਡਾ ਤੇ ਜਿੱਥੇ 2016 ਦੇ ਵਿੱਚ ਤਕਰੀਬਨ 36,000 ਸਟੂਡੈਂਟ ਗਿਆ ਸੀ, 2017 ਦੇ ਵਿੱਚ 78,000 ਸਟੂਡੈਂਟ ਦੀਆਂ ਫਿਗਰਸ ਜਿਹੜੀਆਂ ਕਹਿ ਲਓ ਗਵਰਨਮੈਂਟ ਦੇ ਉਹਦੇ ਵਿੱਚ ਆਈਆਂ ਕਿ ਵੀ 78,000 ਸਟੂਡੈਂਟ ਜਿਹੜਾ 2017 ਦੇ ਵਿੱਚ ਗਿਆ ਤੇ 2018 ਦੇ ਵਿੱਚ ਇਹ ਤੋਂ ਡਬਲ ਹੀ ਉਹ ਸਟੂਡੈਂਟਸ ਦੀ ਕਹਿੰਦੇ ਕਿ ਉਹ ਚਾਹੁੰਦੇ ਨੇ। ਬਟ ਉਹ ਇੱਕੋ ਚੀਜ਼ ਚਾਹੁੰਦੇ ਕਿ ਸਟੂਡੈਂਟ ਪੜ੍ਹਿਆ ਲਿਖਿਆ ਆਵੇ, ਸਟੂਡੈਂਟ ਉਹ ਆਵੇ ਜਿਹਦੇ ਕੋਲ ਚੰਗਾ ਆਇਲਸ ਹੈ, ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇੰਡੀਆ ਉਹ ਕੰਟਰੀ ਹੈ ਕਿ ਜਿੱਥੇ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਉਹ ਸਿੱਧਾ ਕੰਪੈਰੀਜ਼ਨ ਕਰਦੇ ਆ ਇੰਡੀਆ ਦਾ ਚਾਈਨਾ ਦੇ ਨਾਲ ਕਿ ਭਾਈ ਜੇ ਇੰਡੀਆ ਦੇ ਵਿੱਚ ਜਿਹਦੇ ਸਟੂਡੈਂਟਸ ਉੱਥੇ ਆ ਰਹੇ ਆ ਚਾਈਨੀਜ਼ ਦੀ ਇੰਗਲਿਸ਼ ਇੰਡੀਅਨ ਸਟੂਡੈਂਟ ਨਾਲੋਂ ਬਹੁਤ ਲੋਅਰ ਲੈਵਲ ਦੇ ਉੱਤੇ ਹੈ, ਕਿ ਜੇਕਰ ਉਹ ਉੱਥੇ ਜਾ ਕਰਕੇ ਪੜ੍ਹ ਸਕਦੇ ਤਾਂ ਇੰਡੀਅਨ ਸਟੂਡੈਂਟ ਤਾਂ ਪੜ੍ਹ ਹੀ ਸਕਦਾ ਵਾ, ਉਹਦੇ ਵਿੱਚ ਕੋਈ ਵੀ ਸਮੱਸਿਆ ਵਾਲੀ ਚੀਜ਼ ਨਹੀਂ ਹੈ। ਸੋ ਜਿਹੜੇ ਸਟੂਡੈਂਟਸ ਆਪਣੀ ਐਪਲੀਕੇਸ਼ਨ ਆਪਣੇ ਡਰ ਦੇ ਵਿੱਚ ਬੈਠੇ ਹੋਏ ਕਿ ਯਾਰ ਮੈਂ ਰੂਲ ਚੇਂਜ ਹੋਣ ਤੋਂ ਪਹਿਲੇ ਪਹਿਲੇ ਆਪਣੀ ਐਪਲੀਕੇਸ਼ਨ ਲਗਾ ਲਾਂ, ਕੱਲ੍ਹ ਦਾ ਦਿਨ ਸਾਡੇ ਵੱਲੋਂ ਲਾਸਟ ਡੇ ਹੈਗਾ ਵਾ ਮਈ ਇਨਟੇਕ ਤੇ ਕਾਨੂੰਨ ਚੇਂਜ ਹੋਣ ਤੋਂ ਪਹਿਲੇ, ਕਿ ਵੀ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਉਂਦੀ ਉਹ ਤੋਂ ਪਹਿਲੇ ਮਈ ਇਨਟੇਕ ਵਾਸਤੇ ਅਸੀਂ ਦਾਖਲੇ ਕੱਲ੍ਹ ਤੱਕ ਲਵਾਂਗੇ। ਕੱਲ੍ਹ ਤੋਂ ਬਾਅਦ ਅਸੀਂ ਜਿਹੜੀ ਵੀ ਐਪਲੀਕੇਸ਼ਨ ਲਵਾਂਗੇ ਸਪਟੈਂਬਰ ਇਨਟੇਕ ਵਾਸਤੇ ਲਵਾਂਗੇ, ਜਾਂ ਫਿਰ ਜਦੋਂ SDS ਲਾਗੂ ਹੋ ਜਾਏਗਾ 1 ਫਰਵਰੀ 2018 ਤੋਂ, ਉਹ ਸਾਰੇ ਅਨਾਲਿਸਿਸ ਕਰਕੇ ਫਿਰ ਦੁਬਾਰਾ ਹੋ ਸਕਦਾ ਕਿ ਵੀ ਮਈ ਵਾਸਤੇ ਹਜੇ ਵੀ ਬਹੁਤ ਜਗ੍ਹਾ ਦੇ ਉੱਤੇ ਸੀਟਸ ਅਵੇਲੇਬਲ ਹੈ, ਸੀਟਾਂ ਦਾ ਕੋਈ ਘਾਟਾ ਨਹੀਂ ਹੈ, ਬਟ ਜਿਹੜੀ ਕਮਿਟਮੈਂਟ ਹੈ ਉਹਨੂੰ ਪੂਰੀ ਕਰਨਾ ਵੀ ਸਭ ਤੋਂ ਜ਼ਰੂਰੀ ਚੀਜ਼ ਹੈ। ਕੱਲ੍ਹ ਤੱਕ ਇਸ ਕਰਕੇ ਹੈ ਕਿਉਂਕਿ ਕੱਲ੍ਹ ਜਿਹੜੀ ਐਪਲੀਕੇਸ਼ਨ ਅਸੀਂ ਲੈ ਲਾਂਗੇ ਉਹ ਅਸੀਂ 31 ਤਰੀਕ ਤੱਕ ਜਮ੍ਹਾਂ ਜ਼ਰੂਰ ਕਰਾਵਾਂਗੇ, ਐਂਡ ਜਿਹੜੀ ਕੱਲ੍ਹ ਤੋਂ ਬਾਅਦ ਐਪਲੀਕੇਸ਼ਨ ਦਿੱਤੀ ਜਾਏਗੀ ਔਰ ਜੇ ਉਹ ਵੀ ਨਵਾਂ ਕਾਨੂੰਨ ਆਏਗਾ ਜਾਂ ਨਹੀਂ ਆਏਗਾ 1 ਫਰਵਰੀ 2018 ਨੂੰ, ਉਹਦੇ ਬਾਅਦ 'ਚੋਂ ਡਿਸਾਈਡ ਕਰਾਂਗੇ।
ਕਿ ਅਸੀਂ ਇਹਨੂੰ ਹੁਣੇ ਮਈ ਇਨਟੇਕ ਵਾਸਤੇ ਲਗਾਉਣਾ ਜਾਂ ਸਪਟੈਂਬਰ ਇਨਟੇਕ ਵਾਸਤੇ ਲਗਾਉਣਾ। ਸੋ ਜਿਹੜੇ ਵੀ ਸਟੂਡੈਂਟ ਚਾਹੁੰਦੇ ਕਿ ਅਸੀਂ ਇੱਕ ਚਾਂਸ ਜ਼ਰੂਰ ਲੈ ਕੇ ਦੇਖਣਾ ਚਾਹੁੰਦੇ ਹਾਂ, ਉਹ ਸਟੂਡੈਂਟਸ ਆਪਣਾ ਪਹਿਲੀ ਫਰਵਰੀ ਆਪਣਾ ਕੱਲ੍ਹ ਦਾ ਦਿਨ ਹੈ, ਕੱਲ੍ਹ ਮੈਂ ਅੰਮ੍ਰਿਤਸਰ ਆਫਿਸ ਦੇ ਵਿੱਚ ਹਾਂ, ਅੰਮ੍ਰਿਤਸਰ ਆਫਿਸ ਦੇ ਵਿੱਚ ਆ ਕਰਕੇ ਆਪਣੇ ਡਾਕੂਮੈਂਟਸ ਲੈ ਕਰਕੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਨੇ। ਕੋਈ ਵੀ ਪੈਸਾ ਪਹਿਲੇ ਦੇਣ ਦੀ ਜ਼ਰੂਰਤ ਨਹੀਂ ਹੈਗੀ ਹੈ, ਕੋਈ ਐਪਲੀਕੇਸ਼ਨ ਫੀਸ ਨਹੀਂ ਦੇਣੀ, ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਹੈ ਜਾਂ ਕੋਈ ਵੀ ਐਮਬੈਸੀ ਫੀਸ ਨਹੀਂ ਦੇਣੀ ਹੈ। ਤੁਸੀਂ ਸਾਰੇ ਪੈਸੇ ਉਸ ਦਿਨ ਦੇਣੇ ਆ ਜਿਸ ਦਿਨ ਤੁਹਾਡਾ ਵੀਜ਼ਾ ਲੱਗਦਾ ਹੈਗਾ। ਜੇਕਰ ਬਾਏ ਚਾਂਸ ਪਰਮਾਤਮਾ ਨਾ ਕਰੇ ਕਿਸੇ ਦਾ ਵੀਜ਼ਾ ਨਹੀਂ ਲੱਗਦਾ, ਕਿਉਂਕਿ 10% ਤੱਕ ਐਪਲੀਕੇਸ਼ਨ ਸਬਜੈਕਟ ਹੁੰਦੀਆਂ ਹੀ ਹੁੰਦੀਆਂ, ਸੋ ਜਿਹਨਾਂ ਦਾ ਵੀਜ਼ਾ ਨਹੀਂ ਲੱਗਦਾ ਕਿਸੇ ਦਾ ਵੀ ਕੋਈ ਪੈਸਾ ਖਰਾਬ ਨਹੀਂ ਹੁੰਦਾ। ਸੋ ਜਿਹੜੇ ਸਟੂਡੈਂਟ ਸੋਚਦੇ ਹੈ ਕਿ ਵੀ ਮੈਂ ਆਪਣਾ ਕੇਸ 31 ਮਾਰਚ ਤੱਕ ਆਪਣੇ 31 ਜਨਵਰੀ ਤੋਂ ਐਪਲੀਕੇਸ਼ਨ ਲਾਂਚ ਕਰਨੀ ਹੈ, ਸੋ ਕੱਲ੍ਹ ਦਾ ਲਾਸਟ ਡੇ ਹੈਗਾ ਵਾ ਐਪਲੀਕੇਸ਼ਨ ਦਾ, ਕੱਲ੍ਹ ਆ ਕਰਕੇ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਆ ਅੰਮ੍ਰਿਤਸਰ ਆਫਿਸ ਦੇ ਵਿੱਚ ਜਾਂ ਕਿਸੇ ਵੀ ESS ਗਲੋਬਲ ਦੇ ਆਫਿਸਿਸ ਦੇ ਵਿੱਚ ਜਾ ਕੇ ਐਪਲੀਕੇਸ਼ਨ ਦਰਜ ਕਰ ਸਕਦੇ ਆ। ਕੱਲ੍ਹ ਸ਼ਾਮੀ 6 ਵਜੇ ਤੋਂ ਬਾਅਦ ਅਸੀਂ ਜਦ ਤੱਕ ਨਵੀਂ ਨੋਟੀਫਿਕੇਸ਼ਨ ਨਹੀਂ ਆਏਗੀ ਤਦ ਤੱਕ ਕੋਈ ਵੀ ਕੇਸ ਮਈ ਇਨਟੇਕ ਵਾਸਤੇ ਨਹੀਂ ਲਵਾਂਗੇ। ਜਿਹੜਾ ਵੀ ਨਵਾਂ ਕੋਈ ਕੇਸ ਲਿੱਤਾ ਜਾਏਗਾ ਉਹ 1 ਫਰਵਰੀ 2018 ਨੂੰ ਤੁਹਾਡੇ ਸਾਰਿਆਂ ਦੇ ਦੁਬਾਰਾ ਰੂਬਰੂ ਹੋਵਾਂਗਾ ਦੱਸਣ ਵਾਸਤੇ ਕਿ ਜੀ ਕੀ ਨਵੀਆਂ ਨੋਟੀਫਿਕੇਸ਼ਨਸ ਆਈਆਂ, ਕੀ ਨਵੀਆਂ ਚੀਜ਼ਾਂ ਇਹਨਾਂ ਨੇ ਲਾਗੂ ਕੀਤੀਆਂ, ਜੋ ਅਸੀਂ ਸੋਚ ਰਹੇ ਸੀ ਉਹੀ ਚੀਜ਼ਾਂ ਲਾਗੂ ਹੋਈਆਂ ਜਾਂ ਕੁਛ ਹੋਰ ਲਾਗੂ ਹੋਇਆ ਹੈ। ਸੋ ਜੋ ਵੀ ਉਹਦੀਆਂ ਅਮੈਂਡਮੈਂਟਸ ਜਾਂ ਜੋ ਵੀ ਉਹਨਾਂ ਵੱਲੋਂ ਕਹਿ ਲਓ ਕਿ ਵੀ ਇੱਕ ਪ੍ਰਮਾਣ ਪੱਤਰ ਆਊਗਾ ਉਹ ਤੁਹਾਡੇ ਸਾਰਿਆਂ ਦੇ ਜ਼ਰੂਰ ਅਸੀਂ ਉਹ ਨੋਟੀਫਿਕੇਸ਼ਨ ਨੂੰ ਰੂਬਰੂ ਕਰਾਂਗੇ ਅਤੇ ਦੱਸਾਂਗੇ ਕਿ ਵੀ ਗਾਂਹ ਲਈ ਅੱਗੇ ਕੀ ਗਾਈਡਲਾਈਨਸ ਹੈਗੀਆਂ ਅਤੇ ਕੀ ਗਾਈਡਲਾਈਨਸ ਨਹੀਂ ਹੈ। ਸੋ ਜਿਹੜੇ ਸਟੂਡੈਂਟ ਹੈ ਕੱਲ੍ਹ ਮਿਲਣਾ ਚਾਹੁੰਦੇ ਨੇ, ਕੱਲ੍ਹ ਅੰਮ੍ਰਿਤਸਰ ਰਣਜੀਤ ਐਵੀਨਿਊ ਆਫਿਸ ਹੈ ਬੀ ਬਲੋਕ ਦੇ ਵਿੱਚ, ਕੱਲ੍ਹ ਉੱਥੇ ਮੈਂ ਆਪ ਉੱਥੇ ਹਾਜ਼ਰ ਹੋਵਾਂਗਾ ਅਤੇ ਆਪਣੇ ਡਾਕੂਮੈਂਟਸ ਲੈ ਕੇ ਆ ਕੇ ਆਪਣੀ ਔਨ ਉੱਥੇ ਮੌਕੇ ਦੇ ਉੱਤੇ ਅਸੈਸਮੈਂਟ ਕਰਾ ਸਕਦੇ ਹਾਂ। 11 ਵਜੇ ਤੋਂ ਲੈ ਕੇ 4 ਵਜੇ ਤੱਕ ਕਦੀ ਵੀ ਤੁਸੀਂ ਆ ਸਕਦੇ ਹੋ, ਦੁਬਾਰਾ ਬੋਲਦਾ 11 ਵਜੇ ਤੋਂ ਲੈ ਕੇ 4 ਵਜੇ ਤੱਕ ਕਦੀ ਵੀ ਆ ਸਕਦੇ ਹੋ, ਉਸ ਟਾਈਮ ਦੇ ਉੱਤੇ ਮੈਂ ਆਪ ਉੱਥੇ ਅਵੇਲੇਬਲ ਹੋਊਂਗਾ ਐਂਡ ਆ ਕਰਕੇ ਅਪਲਾਈ ਕਰ ਸਕਦੇ ਹੋ। ਕੈਨੇਡਾ ਐਮਬੈਸੀ ਇਸ ਵੇਲੇ 4 ਤੋਂ 6 ਹਫ਼ਤੇ ਦਾ ਟਰਨ ਅਰਾਊਂਡ ਟਾਈਮ ਹੈ, ਮਈ ਇਨਟੇਕ ਦੇ ਆਲਰੇਡੀ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ, ਉਹਨਾਂ ਰਿਜ਼ਲਟ ਦਾ ਹੀ ਸਦਕਾ ਹੈ ਕਿ ਜਿਹੜਾ ਵੀ 15 ਦਿਨਾਂ ਦੇ ਵਿੱਚ ਜਿਹੜਾ 84 ਸਟੂਡੈਂਟ ਦੇ ਜਿਹੜੇ ਵੀਜ਼ਾਸ ਹੈ ਉਹ ਗ੍ਰਾਂਟ ਆਏ ਨੇ। ਮੈਂ ਦੁਬਾਰਾ ਬੋਲਦਾ 15 ਵਰਕਿੰਗ ਦਿਨ ਅਤੇ 20 ਕੈਲੰਡਰ ਡੇਜ਼, ਕਿਉਂਕਿ ਵਿੱਚ ਛੁੱਟੀਆਂ ਵੀ ਹੈ। ਸੋ ਜੇ ਮੈਂ ਪੂਰੇ ਜਨਵਰੀ ਦੇ ਮਹੀਨੇ ਦੀ ਗੱਲ ਕਰ ਲਾਂ ਤਾਂ 20 ਦਿਨ ਬੰਦੇ ਨੇ, ਅੱਜ 21ਵਾਂ ਦਿਨ ਹੈ। ਸੋ ਜਿਹੜੇ ਵੀ ਸਟੂਡੈਂਟਸ ਮਿਲਣਾ ਚਾਹੁੰਦੇ ਨੇ ਕੱਲ੍ਹ ਮੈਂ ਆਪ ਅੰਮ੍ਰਿਤਸਰ ਆਫਿਸ ਦੇ ਵਿੱਚ ਅਵੇਲੇਬਲ ਹਾਂ, ਅੰਮ੍ਰਿਤਸਰ ਆਫਿਸ ਦੇ ਵਿੱਚ ਆ ਕਰਕੇ ਮਿਲ ਸਕਦੇ ਨੇ, ਆਪਣੇ ਸਾਰੇ ਐਜੂਕੇਸ਼ਨ ਡਾਕੂਮੈਂਟਸ, ਆਪਣਾ ਪਾਸਪੋਰਟ, ਆਪਣਾ ਆਈਲਸ ਸਰਟੀਫਿਕੇਟ ਇਹ ਲਿਆਉਣਾ ਹੈ, ਸਕੈਨ ਕਰਕੇ ਤੁਹਾਨੂੰ ਤੁਹਾਡੇ ਡਾਕੂਮੈਂਟ ਜਿਹੜੇ ਹੈ ਅਸੀਂ ਮੌਕੇ ਦੇ ਉੱਤੇ ਵਾਪਸ ਕਰਦੇ ਹਾਂ। ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਸਰ।